ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖਦੇ ਪਿਆਰ ਚਦਲੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਗਫਾਰ ਸਭ ਤੋਂ ਪਹਿਲੇ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਦਾ ਬਟਨ ਦਬਾ ਲੋ ਹਰ ਹਨ ਵਾਲੀ ਵੀਡੀਓ ਤੁਹਾਨੂੰ ਪਹੁੰਚੇ ਉਹ ਤੁਸੀਂ ਵੇਖੋ ਰੋਜ਼ ਦੀ ਨਿਸ਼ਬਤ ਇਨਸ਼ਾ ਅੱਲਾ ਇਨਸ਼ਾ ਅੱਲਾ ਦੇ ਫਜ਼ਲੇ ਖੁਦਾ ਚੰਗੇ ਚੰਗੇ ਜਾਨਵਰ ਤੁਹਾਡੇ ਵਾਸਤੇ ਨੀਲੀ ਦੇ ਕੱਟ ਕੇ ਲਿਆਈ ਦੇ ਨੇ ਅੱਲਾ ਦੇ ਫਜ਼ਲ ਨਾਲ ਅੱਲਾ ਦੇ ਕਰਮ ਨਾਲ ਅੱਲਾ ਪਾਕ ਦੀ ਰਹਿਮਤ ਨਾਲ ਇਨਸ਼ਾ ਅੱਲਾ ਸੱਚੇ ਤੇ ਪੱਕੇ ਸੌਦੇ ਮਿਲਦੇ ਨੇ ਤੁਹਾਨੂੰ ਇਨਸ਼ਾ ਅੱਲਾ ਦੂਜਾ ਵਾਰਾ ਮਾਜਨੇ ਜੇ ਸੋਨਾ ਕਾਲੀ ਕੱਟ ਬਿਲਕੁਲ ਧੁੰਨੀ ਕੋਲੀ ਤੋਂ ਪਾਕ ਹਰ ਸ਼ੈ ਕੈਮਰੇ ਦੀ ਨਜ਼ਰ ਅੱਲਾ ਦੇ ਹੁਕਮ ਨਾਲ ਅਸੀਂ ਕਰ ਦੇਣੀ ਹੈ 1.5 ਫੁੱਟ ਚੌੜਾ ਹਵਾਨਾ ਬਰੀਕੀਆਂ ਮਾਇਦੀਆਂ ਚੈੱਕ ਕਰ ਲੈਣੀਆਂ ਹਰ ਸ਼ੈ ਕੈਮਰੇ ਦੀ ਨਜ਼ਰ ਅਸੀਂ ਕਰਨੀ ਹੈ ਇਹ ਭਾਈ ਸ਼ਕੀਲ ਦੇ ਕੋਲੇ ਆ ਬਹੁਤ ਹੀ ਕਾਰੀਗਰ ਬੰਦਾ ਬਿਲਕੁਲ ਵਪਾਰੀ ਆ ਸੱਚਾ ਤੇ ਪੱਕਾ ਇਹ ਚ ਕੋਈ ਕਮੀ ਘਟਾਈ ਨਹੀਂ ਵੀ ਵਪਾਰ ਨਹੀਂ ਕਰਦਾ ਵਪਾਰ ਦੀਆਂ ਮੱਜਾਂ ਨੇ ਵਪਾਰ ਦੇ ਮਾਮਲਾਤ ਨੇ ਕਿਉਂਕਿ ਹਰ ਬੰਦੇ ਨੂੰ ਰੋਜ਼ੀ ਦਾ ਡਾਂਸ ਲਾਇਆ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਇਹ ਸਾਰਾ ਨਿਜ਼ਾਮ ਹੈ ਅੱਲਾ ਦਾ ਜਿਹੜੇ ਜਿਹੜੇ ਆਰੇ ਅੱਲਾ ਪਾਗ ਨੇ ਬੰਦਿਆਂ ਨੂੰ ਲਾਇਆ ਉਸੇ ਹਿਸਾਬ ਕਿਤਾਬ ਨਾਲ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਆਪਦੀਆਂ ਪੁਖਤਾ ਰਹੇ ਨੇ ਤੇ ਵਾਰੀ ਵਾਰੀ جا ਰਹੇ ਨੇ ਬਕਾਇਆ ਇਨਸ਼ਾਅੱਲਾ ਸਾਰੇ ਮਾਮਲੇ ਅੱਲਾ ਦੇ ਹੁਕਮ ਅਲ ਸੱਚੇ ਤੇ ਪੱਕੇ ਹੋਣਗੇ ਤੁਹਾਡੇ ਸਾਹਮਣੇ ਅੱਲਾ ਦੇ ਫਜ਼ਲ ਨਾਲ ਅੱਲਾ ਦੀ ਰਹਿਮਤ ਨਾਲ ਇਨਸ਼ਾਅੱਲਾ ਹੋਣਗੇ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਭਾਈ ਸ਼ਕਿਲ ਕੀ ਹਾਲ ਅੱਲਾ ਪਾ ਦਾ ਕਰਮ ਠੀਕ ਹੈ ਸ਼ੁਕਰ ਹੈ ਅੱਲਾ ਖੈਰੀ ਤਾਂ ਸਭ ਅੱਛਾ ਇਹ ਮੈਨੂੰ ਗੱਲ ਦਸੀ ਵੀ ਆਪਾਂ ਜਿੰਨੀਆਂ ਗੱਲਾਂ ਕਰਨੀਆਂ ਥੋੜੀਆਂ ਨੇ ਕਰਨੀਆਂ ਸੱਚੀਆਂ ਨੇ ਠੀਕ ਹੈ ਅੱਛਾ ਇਹ ਵਾਰਾ ਕਿਨਵਾ ਮਾਜ ਨੇ ਸੁਣਾ ਹੁਣ ਆ ਬਾਈ ਜਾਨ ਹੈ ਮਾਜ ਦੂਸਰਾ ਵਾਰਾ ਸੁ ਰਹੀ ਹੈ ਅੱਛਾ ਦੂਸਰਾ ਵਾਰਾ ਸੁ ਰਹੀ ਹੈ ਪਹਿਲੀ ਗੱਲ ਹੈ ਮਾਜ ਪਿਓਰ ਨੀਲੀ ਦੀ ਹੈ ਅੱਛਾ ਪਿਓਰ ਨੀਲੀ ਦੀ ਹੈ ਪਿਓਰ ਨੀਲੀ ਦੀ ਹੈ ਅੱਛਾ ਨੀਲੀ ਦੀ ਮਾਜ ਦੀ ਵੱਡੀ ਨਿਸ਼ਾਨੀ ਹੈ ਕਿ ਇਹ ਨੀਲੀ ਦੇ ਪਿੱਛੇ ਦੋ ਬਟਨ ਮੌਜੂਦ ਨੇ ਉਹ ਮੁਝੇ ਨਜ਼ਰ ਆ ਰਹੇ ਨੇ ਹਾਂਜੀ ਥਣ ਮੋਠ ਮੋਠ ਦਾ ਕੱਲਾ ਕੱਲਾ ਅੱਛਾ ਤੇ ਚੱਡਾ ਮਾਸ਼ਾਅੱਲਾ ਅੱਗੇ ਪਿੱਛੇ ਮੇਲੇ ਲਾਈ ਖੜੀ ਹੈ ਹਾਂਜੀ ਵੰਡਾ ਬੜੀਆਂ ਪਿਆਰੀਆਂ ਨੇ ਵੰਡਾ ਬਹੁਤ ਹੀ ਨਵਾਬ ਨੇ ਤੇ ਬਰੀਕ ਮਾਜ ਪੂਰੀ ਬਹੁਤ ਹੀ ਬਰੀਕ ਹੈ ਇਹ ਵੇਖੋ ਹਾਂਜੀ ਜਿੱਥੋਂ ਫੜੋਗੇ ਨਾ ਉੱਥੋਂ ਮੈਂ ਇਕੱਠੀ ਹੋ ਜਾਏਗੀ ਹਾਂਜੀ ਬਹੁਤ ਬਰੀਕ ਬਾਜੇ ਕੱਟ ਕਾਲੀ ਕਿਤੋਂ ਇੱਕ ਵਾਲ ਵੀ ਸਫੈਦ ਕੋਈ ਨਹੀਂ ਹਾਂ ਇਹ ਬੜੀ ਗੱਲ ਆ ਜੀ ਬੜੀ ਨਿਕਰ ਕਾਲੀ ਮੈਂ ਨਿਕਰ ਮੈਂ ਕਾਲੀ ਅੱਛਾ ਔਰ ਥੱਬੇ ਦਾ ਹੋਣਾ ਨਾ ਅੱਛਾ ਨਹੀਂ ਜਿਵੇਂ ਮਾਈਦਾ ਬਾਈ ਗਫਾਰ ਪੁੱਠਾ ਜਿਵੇਂ ਪੱਟ ਹਾਂਜੀ ਪੱਟ ਵਾਲੀ ਹਾਂਜੀ ਮਾਈ ਐ ਸੁੰਭ ਤਾਈ ਕੱਟ ਕਾਲੀ ਮਾਜੇ ਅੱਛਾ ਕੱਟ ਕਾਲੀ ਕੱਟ ਕਾਲੀ ਮਾਜੇ ਕਿੰਨੇ ਦਿਨ ਲਵੇਗੀ ਭਾਈ ਸ਼ਕੀਲ ਹੋਰ ਇਹ ਬਾਈ ਗਫਾਰ ਹੈ ਤਾਂ ਅੱਲਾ ਦਾ ਮਰ ਹੈ ਵਪਾਰ ਦੀ ਸਹੀ ਗੱਲ ਮਾਲਕਾਂ ਦੇ ਕਹਿਣ ਦੇ ਮੁਤਾਬਕ ਇਹਦੇ 20 ਤਾਰੀਖ ਨੂੰ ਦਿਨ ਪੂਰੇ ਹੁੰਦੇ ਨੇ ਮਾਲਕਾਂ ਦੇ ਕਹਿਣ ਅੱਛਾ ਇਹ ਅੱਲਾ ਦਾ ਅੰਬਰ ਅੱਲਾ ਦਾ ਮਾਰੇ ਸਵੈਰੀ ਤੂੰ ਮੈਨੂੰ ਪਹਿਲੇ ਗੱਲ ਮਿੰਤ ਕੀਤੀ ਹੈ ਕਿ ਝੂਠ ਨਹੀਂ ਮਾਰਨਾ ਨਹੀਂ ਨਹੀਂ ਇਹ ਤਾਂ ਅੱਲਾ ਦਾ ਵਪਾਰ ਦਾ ਵਪਾਰ ਦਾ ਮੱਝ ਬਿਲਕੁਲ ਅਸਲ ਨਹੀਂ ਲਈ ਦੀ ਹੈ ਕੋੜੀ ਦੁਨੀ ਦਾ ਬਿਲਕੁਲ ਨਿਸ਼ਾਨ ਵੀ ਕੋਈ ਨਹੀਂ ਨਾਮੋ ਨਿਸ਼ਾਨ ਵੀ ਹਾਂ ਬਿਲਕੁਲ ਨਾਮੋ ਨਿਸ਼ਾਨ ਵੀ ਕੋਈ ਨਹੀਂ ਹਾਂਜੀ ਬਿਲਕੁਲ ਕਦ ਵੀ ਮੈਂ ਇਹਨੂੰ ਚੰਗਾ ਅੱਲਾ ਬਾਈ ਵੀ ਚੰਗੀ ਹੈ ਕੰਨ ਵੇਖ ਮੈਂ ਇਹਨੂੰ ਹਾਂਜੀ ਬੁੱਥੀ ਹਰ ਸ਼ੈ ਮੈਂ ਇਹਨੂੰ ਪੂਰੀ ਹੈ ਅੱਛਾ ਹਾਂਜੀ ਮੈਂ ਦੁੱਧ ਦੇਣ ਵਾਲੀ ਘਰੇਲੂ ਮੱਝ ਰੱਖਣਾ ਹੈ ਦੁੱਧ ਮੱਝ ਦੇਵੇਗੀ 17 ਤੋਂ 18 ਕਿਲੋ ਯਾ 14 15 ਬਰੀਕ ਮੱਝੇ 14 15 ਵੀ ਦਿੱਤੀ ਜਾਵੇ ਪਾਰ ਮਾਈਨਸ ਸਿੰਘ ਨਿੱਕਾ ਨਿੱਕਾ ਮਾਈਨਸ ਸਿੰਘ ਹਾਂਜੀ ਤੇ ਹੱਥ ਰੱਖ ਸਿੰਘ ਲੁਕਦਾ ਠੀਕ ਹੈ ਹਾਂਜੀ ਤੇ ਮੂੰਹ ਬਾਲ ਫੜ ਲਵੇ ਅੱਛਾ ਅਸਲ ਨੀਲੀ ਦੀ ਮੱਝ ਅਸਲ ਨੀਲੀ ਹਾਂਜੀ ਬੱਚਾ ਮੂੰਹ ਫੜ ਲਵੇ ਅੱਛਾ ਮਾਈਜ ਦਾ ਮਾਲਕਾਂ ਦਾ ਕਹਿਣੇ ਕਿ ਮਾਈਜ ਦਾ 16 ਕਿਲੋ ਅਸੀਂ ਦੁੱਧ ਚੋਈ ਰੱਖਿਆ ਪਹਿਲੇ ਵਾਰ ਅੱਛਾ ਪਹਿਸ਼ਕੀਲ ਮੈਨੂੰ ਇਹ ਗੱਲ ਦੱਸੀ ਹਾਂਜੀ ਕੋਈ ਬੰਦਾ ਲੈ ਲਵੇ ਹਾਂਜੀ ਤੇ ਕੋਈ ਕਵੇ ਮੈਂ ਸੂਈ ਤਲ ਜਾਣੀ ਤੇ ਫੇਰ ਬਿਲਕੁਲ ਸੂਈ ਤੇ ਲੈ ਜਾਵੇ ਅੱਛਾ ਕੋਈ ਮਸਲਾ ਨਹੀਂ ਪਾਸ ਕਰਕੇ ਲੈ ਜਾਵੇ ਪਾਸ ਕਰਕੇ ਖਰੀ ਕਰਕੇ ਲੈ ਆਵੇ ਸੋਏ ਮਾਝ ਖਰੀ ਹੋਵੇ ਤਾਂ ਉਹਦੀ ਉਹਦੀ ਖੋਟੀ ਹੋएगी ਮੇਰੀ ਚਲੋ ਮਰਲ ਮੈਂ ਪਿਛਲੇ ਸੋਏ ਮਾਈ ਦੀ ਚੋਾਈ ਕੀਤੀ ਹੋਈ ਐਵੇਂ ਕੋਈ ਨਹੀਂ ਆ ਜੂ ਚ ਲੈਣੀਆਂ ਨਾ ਲਾਕੇ ਚ ਹਾਂ ਹਾਂਜੀ ਅੱਛਾ ਮਾਈ ਨੂੰ ਬਾਈ ਗਫਾਰ ਹਰ ਚੀਜ਼ ਚੈੱਕ ਕਰਾਉ ਪੁੱਠਾ ਮਾਈ ਚੈੱਕ ਕਰਾਉ ਡਾਂਗਾ ਹਰ ਚੀਜ਼ ਬਰੀਕੀਆਂ ਮਾਈ ਦਾ ਐ ਜਿਵੇਂ ਰੇਸ਼ਮ ਦਾ ਕਪੜਾ ਹੁੰਦਾ ਹਾਂਜੀ ਬਿਲਕੁਲ ਹਾਂਜੀ ਅੱਛਾ ਆਪਾਂ ਸ਼ਕੀਲੇ ਮੈਨੂੰ ਗੱਲ ਦੱਸੀ ਵੀ ਥਾਣਾ ਥੋਣਾ ਦੀ ਸਾਫ ਹਰ ਚੀਜ਼ ਦੀ ਆਪਣੀ ਬਾਈਕ ਫਾਰ ਸ਼ੋਰਟੀ ਹੋਏਗੀ ਅੱਛਾ ਔਰ ਗਿੱਠ ਗਿੱਠ ਤੇ ਵੀਰ ਲਾਉਣ ਗਿਆ ਔਰ 2 ਫੁੱਟ ਚੱਡਾ ਵਾਣਾ ਖੁੱਲਾ ਹਾਂਜੀ ਹਾਂਜੀ ਇਹ ਹਾਲੇ ਹੁਣ ਮੈਂ ਥੋੜਾ ਆਸਰਾ ਕੀਤਾ ਇਹ ਜਿਹੜੀਆਂ ਢਿੱਲਾਂ ਢੁੱਲਾਂ ਨਾ ਹਾਂਜੀ ਇਹ ਮੈਂ ਨਾ ਬਰੇ ਤਰ ਪਈ ਇੱਕ ਨਹੀਂ ਲਵਾਂਗਾ ਅੱਛਾ ਹਾਂਜੀ ਪਿਆਰ ਮੈਂ ਪੰਡਾ ਬੰਦੇ ਕੀ ਛੱਡੇ ਦੀ ਪਿਆਰ ਮੁਹੱਬਤ ਵਾਲਾ ਮੁੱਲ ਕਰੀ ਪਿਆਰ ਮੁਹੱਬਤ ਵਾਲਾ ਬਾਈਕ ਫਾਰ ਇੱਥੇ ਮੁੱਲ ਕੀਤੀ ਜਾਣਾ 4.5 ਲੱਖ ਤੇ 4.5 ਲੱਖ ਅੱਛਾ ਤੇ 4 ਲੱਖ ਦੀ ਮਾਇਲਾ ਨਾ ਤੇਰੀ ਮਿਹਰਬਾਨੀ ਤੇਰੀ ਮਿਹਨਤ ਕਰਦਾ ਮੈਂ ਰੇਟ ਉਹ ਪੱਕਾ ਜਿਹਾ ਲਾ ਦੇ 4 ਚੂਰ ਲੱਖ ਦੀ ਇਹ ਕੌਣ ਨਹੀਂ ਵਿਕਣੀ ਮੈਂ ਵੀ ਚੰਗੀ ਹੈ ਕੱਟ ਕਾਲੀ ਨਿਕਰ ਮਾਜੀ ਚੰਗੀ ਕਾਲੀ ਕਾਟਾ ਨਿਕਰ ਮਾਜਾ ਇਹ ਬਿਲਕੁਲ ਸਾਨੂੰ ਨਜ਼ਰ ਆ ਰਹੀ ਹੈ ਜਿਹਨੇ ਦੋਸਤ ਨੇ ਮੇਰੇ ਪਿਆਰੇ ਵੀਰ ਨੇ ਲੈ ਲਈ ਉਹਨੇ ਵੀ ਵੇਖ ਲੈਣਾ ਆਪਣੀ ਖਰੀ ਕਰਕੇ ਲੈ ਜਾਵੇ ਖਰੀ ਕਰਕੇ ਲੈ ਜਾਵੇ ਰਜ਼ਕ ਦੇਣਾ ਤੇ ਰਜ਼ਕ ਲੈਣਾ ਰਜ਼ਕ ਲੈਣਾ ਤੇ ਪੱਕਾ ਰੇਟ ਲਾ ਪੱਕਾ ਲੋਏ ਤੋਂ ਪੱਕਾ ਰੇਟ ਹਾਂਜੀ 370000 ਦੀ ਜੋਟੀ ਤੋਂ 100 ਵੀ ਨਹੀਂ ਘਟ ਗਈ 370000 370000 ਦੀ ਫਾਈਨਲ ਜੋਟੀ ਤੇ ਇਹ ਥਾਂ ਇੱਕ ਨਰਮਾਦੀ ਹੈ ਕੋਈ ਵਾਦਾ ਕੱਟ ਬਿਲਕੁਲ ਇੱਕ ਧਾਰ ਦਾ ਫਰਕ ਵੀ ਨਹੀਂ ਹੋਏਗਾ ਅੱਛਾ ਜਦੋਂ ਅਸੀਂ ਧਾਰਾਂ ਮਾਰੀਆਂ ਨਾ ਹਾਲਾਂਕਿ ਮਾਲਕ ਨੇ ਗਾਰੰਟੀ ਵੀ ਦਿੱਤੀ ਹੈ ਲੇਕਿਨ ਅਸੀਂ ਉਹ ਵਿੱਚ ਕੋਈ ਧਾਰ ਰਹੇਗੀ ਮੈਂ ਜਲਦੀ ਕਰਨ ਲੱਗ ਗਈ ਮੈਂ ਮਿੱਠੀ ਬਾਈ ਬਹੁਤ ਹੈ ਅੱਛਾ ਹਾਂਜੀ ਕਿਨੂੰ ਟੋੜ ਕੇ ਵਹਾ ਬਿਲਕੁਲ ਟੋੜ ਨਹੀਂ ਇਹ ਲੋ ਜੀ ਮਾਸ਼ਾਅੱਲਾ ਕਾਲੀ ਕੱਟ ਭਾਈ ਸ਼ਕੀਲ ਦੀਆਂ ਗੱਲਾਂ ਤੁਸੀਂ ਲਿਆ ਨੇ ਸੁਣ ਬਕਾਇਆ ਮਾਮਲਾ ਸਾਰੇ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਕੋਸ਼ਿਸ਼ ਕਰਦੀ ਏ ਪੱਕੇ ਸੱਚੇ ਸੌਦੇ ਮਾਈਂ ਚੋਰਾ ਚੈੱਕ ਕਰ ਟੋਰਾ ਮਾਈਂ ਦੀਆਂ ਚੈੱਕ ਕਰਨੀਆਂ ਨੇ ਕੋਈ ਤੁਰਨ ਚ ਵਾਦਾ ਘਾਟਾ ਕੋਈ ਕਮੀ ਕਿਤਾਈ ਨਹੀਂ ਮਾਸ਼ਾਅੱਲਾ ਬਿਲਕੁਲ ਸਾਰੀ ਮੱਝ ਹਿਲਦੀ ਏ ਇੰਨੀ ਬਾਰੀਕ ਮੱਝ ਬਕਾਇਆ ਲੈਣਾ ਦੇ ਨਾਲ ਬਰਾਦਾ ਹੁੰਦਾ ਤੁਹਾਨੂੰ ਪਤਾ ਇਸ ਗੱਲ ਦਾ ਤਾਂ ਸੌਦਾ ਨਾਲ ਨਸੀਬ ਦੇ ਹੁੰਦਾ ਉਹ ਹੀ ਸੌਦਾ ਵਿਕਣਾ ਜਿਹੜਾ ਨਸੀਬ ਚ ਜਾਂ ਜਿਹੜਾ ਅੱਲਾ ਪਾਕ ਨੂੰ ਮਨਜ਼ੂਰ ਆ ਤੇ ਇਨਸ਼ਾਅੱਲਾ ਅਸੀਂ ਤਾਂ ਕੋਸ਼ਿਸ਼ ਕਰਦੇ ਆਂ ਔਰ ਕਰਦੇ ਰਹਿਣਾ ਬਕਾਇਆ 370000 ਰੁਪਿਆ ਦੀ ਡਿਮਾਂਡ ਆ ਵਿੱਚ ਪਿਆਰ ਮੁਹੱਬਤ ਤਾਂ ਥੋੜਾ ਬਹੁਤ ਹੁੰਦਾ ਹੀ ਆ ਆ ਬਕਾਇਆ ਬਿਲਕੁਲ ਕਾਲੀਆਂ ਅੱਖਾਂ ਮੱਥੇ ਤੇ ਨਿੱਕੀ ਜੀ ਫੁੱਲੀ ਬਿਲਕੁਲ ਸ਼ੌਕ ਨਾਲ ਉਹਨੇ ਮਾਲਾ ਪਾਤਾ ਨਿੱਕੀ ਜੀ ਨਿੱਕੀ ਨਿੱਕੀ ਸਿੰਗੀ ਬਿਲਕੁਲ ਝੋਟੀ ਤੁਹਾਡੇ ਸਾਹਮਣੇ ਪਹਿਲਾ ਸੁਆ ਇਹ ਹੁਣ ਸੂਈ ਮੂੰਹੋਂ ਦੋਂਦੀ ਦੋਂ ਦੇ ਦੋ ਦੰਦ ਪੂਰੇ ਕਰਕੇ ਸੂਪੀਏ ਬਕਾਇਆ ਮੈਨੂੰ ਹਵਾਨਾ ਝੋਟੀ ਨੂੰ ਉਹ ਪੁੱਠਾ ਪੁੜਾ ਹਰਸ਼ ਹੈ ਇਹ ਮਾਸ਼ਾਅੱਲਾ ਥਾਨ ਪੂਰੀਆਂ ਬੰਡਾ ਤੇ ਪੂਰਾ ਅੱਲਾ ਦੇ ਹੁਕਮ ਅਰ ਇਹਨੂੰ ਕਿਹਾ ਜਾਂਦਾ ਸ਼ਕੀਨ ਬਿਲਕੁਲ ਬੜੀ ਹੀ ਪਿਆਰੀ ਝੋਟੀਏ ਇਹ ਤੁਹਾਡੇ ਸਾਹਮਣੇ ਆ ਅੱਲਾ ਦੇ ਹੁਕਮ ਨਾਲ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਇਨਸ਼ਾਅੱਲਾ ਇਹ ਤੁਹਾਡੇ ਵਾਸਤੇ ਮਿਹਨਤਾਂ ਕੋਸ਼ਿਸ਼ਾਂ ਕਰਕੇ ਇਹ ਜਾਨਵਰ ਪਾਈ ਜਾਂਦੇ ਨੇ ਬਕਾਇਆ ਲੈਣਾ ਦੇ ਨਾਲ ਬਰਾਦਾ ਇਹ ਤੁਹਾ ਤੁਸੀਂ ਵੇਖ ਰਹੇ ਨਹੀਂ ਇਨਸ਼ਾਅੱਲਾ ਇਹਨੂੰ ਕਹਿੰਦੇ ਆ ਮੇ ਸਾ ਚਾ ਸ਼ਕੀਲ ਭਾਈ ਇਹਦਾ ਕੀ ਸਾਫ ਕਿਤਾਬ ਆ ਤੇ ਬਾਈ ਜਰ ਕੱਲ ਰਾਤੀ ਸੋਈਏ ਅੱਛਾ ਤੇ ਹਲੇ ਹੈ ਬੌਲੀ ਚ ਬੌਲੀ ਚ ਆ ਕੱਲ ਰਾਤ ਬੌਲੀ ਚ ਤੇ ਕੱਤੀ ਬਹੁਤ ਸ਼ਕੀਨ ਹੈ ਅੱਛਾ ਹਾਂਜੀ ਬਹੁਤ ਸ਼ਕੀਨ ਜੋਟੀਏ ਹਾਂ ਇਹ ਜਦੋਂ ਗੱਬਣ ਫਿਰਦੀ ਸੀ ਨਾ ਹਾਂਜੀ ਤੇ ਚੱਡੇ ਦੀਆਂ ਪੰਡਾ ਸੀ ਪੰਡਾ ਦੇ ਅੱਛਾ ਇਹ ਇੱਥੇ ਰੱਖਿਆ ਸੀ ਜਦੋਂ ਤੈਨੂੰ ਪਤਾ ਹੈ ਬੋਲੀ ਨਾਰਾ ਨਿਕਲ ਜਾਵੇ ਇੱਕ ਦਫਾ ਮੱਝ ਵੇਲੀ ਹੋ ਜਾਂਦੀ ਹੈ ਵੇਲੀ ਹੋ ਜਾਂਦੀ ਹੈ ਮੱਝ ਆ ਕੇ ਤਿਆਰ ਹੁੰਦੀ ਹੈ ਦਸਾਂ 12 ਦਿਨਾਂ ਤੋਂ ਬਾਅਦ ਤੇ ਥਣ ਚੰਗਾ ਮੋਟਾ ਕਰਦੀ ਥਣ ਮੋਟਾ ਨਾ ਕਰੇ ਤਾਂ ਸੋਚ ਲਵਾਂਗਾ ਅੱਛਾ ਹਾਂਜੀ ਤੇ ਹੁਣ ਬੋਲੀ ਦੇ ਵਿੱਚ ਸਵੇਰ ਦੁੱਧ ਕਿੰਨਾ ਚੋਇਆ ਬੋਲੀ ਦੇ ਵਿੱਚ ਦੁੱਧ ਚੋਇਆ तकरीबन ਸਾਰਾ ਬੋਲੀ ਚ ਹੈ 10 ਕਿਲੋ ਅੱਛਾ ਐਵੇਂ ਝੂਠ ਮਾਰੀ ਜਾਓ ਕੂੜ ਕਪਾੜ ਮਾਰੀ ਜਾਓ ਉਹਦਾ ਫਾਇਦਾ ਨਹੀਂ ਉਹਦਾ ਤਾਂ ਫਾਇਦਾ ਹੀ ਕੋਈ ਨਹੀਂ ਉਹਦਾ ਫਾਇਦਾ ਹੀ ਕੋਈ ਨਹੀਂ ਅੱਛਾ ਹਾਂਜੀ ਤੇ ਇਹ 12 13 ਲੀਟਰ ਦਿੱਤੀ ਜਾਏਗੀ ਰਾਮ ਨਾਲ ਅੱਲਾਹ ਦੋਕਰਨਾ 14 ਲੀਟਰ ਕੱਟੀ ਦੁੱਧ ਦੇਵੇਗੀ 14 ਲੀਟਰ ਕੱਟੀ ਦੁੱਧ ਦੇਵੇਗੀ ਇਨਸ਼ਾਅੱਲਾ ਹਾਂਜੀ ਇਹ ਕੱਟੀ ਵੀ ਸ਼ੁਕੀਰ ਹੈ ਪੰਡਾ ਦੇ ਹਨ ਨੇ ਪੰਡਾ ਦੇ ਹਾਂਜੀ ਮਾਸ਼ਾਅੱਲਾ ਹਾਂ ਤੇ ਕੋਈ ਟਾਈਮ ਟੂਮ ਕੋਈ ਨਹੀਂ ਇਹ ਚੈੱਕ ਕਰ ਲੈ ਥਣਾ ਹੀ ਦੁੱਧ ਵੀ ਕੋਈ ਨਹੀਂ ਬਿਲਕੁਲ ਐ ਸਾਫ ਖੜੀ ਹੈ ਹਾਂ ਬਿਲਕੁਲ ਬੜੀ ਯਸ਼ੀਲ ਝੋਟੀ ਹੈ ਅੱਛਾ ਹਾਂਜੀ ਬੱਚਾ ਛੱਡ ਦੇ ਨਾ ਛੱਡ ਐਵੇਂ ਬਹਿ ਜਾ ਉਹ ਅੱਛਾ ਉਵੇਂ ਹੀ ਅਗਰ ਵੰਗਾ ਮਾਰ ਲਾ ਤਾਂ ਠੀਕ ਹੈ ਨਾ ਮਾਰ ਤਾਂ ਠੀਕ ਹੈ ਅੱਛਾ ਉਵੇਂ ਹੀ ਪਸਮੇ ਬੜੀ ਅਸੀਲ ਨੂੰ ਪੁੱਠਾ ਚੱਕ ਕਾ ਡਾਕਾ ਤੇ ਇਹ ਵੇਖ ਪਰਾਂਡੀ ਥੋੜਾ ਜਿਹਾ ਅੱਛਾ ਬਹੁਤ ਬਰੀਕ ਕੱਟੀ ਹੈ ਅੱਛਾ ਹਾਂਜੀ ਬਿਲਕੁਲ ਇਹ ਵੇਖ ਲਓ ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਜ਼ਰੂਰ ਲਾਣੇ ਨੇ ਇਹ ਮੈਂ ਜਿਹੜਾ ਵੀਰ ਆ ਜਾਂ ਜੋਟੀਆਂ ਵੇਖੇਗਾ ਨਾ ਕਰੇਗਾ ਯਾਦ ਲੈਣੀ ਉਹਨੇ ਜਿਹੜਾ ਸ਼ੁਕੀਨ ਅੱਛਾ ਇਹ ਝੋਟੀ ਉਹਨੇ ਲੈਣੀ ਜਿਹੜਾ ਸ਼ੁਕੀਨ ਜਿਹੜਾ ਸ਼ੁਕੀਨ ਹੈ ਅੱਛਾ ਇਹਦਾ ਆਪਣਾ ਗਾੜੀ ਪਛਾੜੀ ਸਹੀ ਗਾੜੀ ਪਛਾੜੀ ਥਣ ਵਿਰਲਾ ਤੇ ਚੈੱਕ ਕਰ ਲਾ ਕੱਟੀ ਨੂੰ ਸਿਰ ਚੈੱਕ ਕਰ ਕੋੜੀ ਦੁਨੀ ਦਾ ਬਿਲਕੁਲ ਨਿਸ਼ਾਨ ਵੀ ਕੋਈ ਨਹੀਂ ਅੱਛਾ ਹਾਂਜੀ ਤੇ ਭਾਈ ਸ਼ਕੀਲ ਇਹਦਾ ਮੁੱਲ ਪਿਆਰ ਮੁਹੱਬਤ ਨਾਲ ਮੁੱਲ ਮੁੱਲ ਤਾਂ ਕਰਾਈ 2.5 4 ਲੱਖ ਰੁਪਈਆ ਨਹੀਂ ਪੱਕਾ ਮੁੱਲ ਤਾਂ ਮੈਂ ਪਹਿਲਾਂ ਦੱਸਿਆ ਮੁੱਲ ਝੋਟੀ ਫਾਈਨਲ ਦੇਾਂਗਾ ਝੋਟੀ ਕਾ ਅਗਰ ਗੱਬਣ ਫਿਰਦੀ ਉਦੀ ਤਾਂ ਮੈਂ ਮੁੱਲ ਦਾ ਮੰਗਦਾ ਰਿਹਾ 5 ਲੱਖ ਵੀ ਮੰਗਦਾ ਰਿਹਾ ਅੱਛਾ ਲੇਕਿਨ ਭਾਈ ਗਫਾਰ ਤੋਂ ਮੇਰੀ ਰਿਕੁਐਸਟ ਕੀਤੀ ਕਿ ਮੁੱਲ ਥੋੜਾ ਕਰਨਾ ਜਿੰਨੇ ਦੀ ਝੋਟੀ ਸੇਲ ਕਰਦੀ ਹੈ ਕਰ ਮਿਹਰਬਾਨੀ ਇਹ 3 ਲੱਖ 90 ਹਜ਼ਾਰ ਦੀ ਝੋਟੀ ਦੇਾਂਗੇ 100 ਵੀ ਘਟਕ ਨਹੀਂ ਕਰਦੇ 390000 390000 ਨਹੀਂ 39000 ਕੋਈ ਟਾਈਮ ਟੂ ਕੋਈ ਨਹੀਂ ਕੋਈ ਕੁਛ ਨਹੀਂ ਅੱਗੇ ਪਿੱਛੇ ਵਿਰਲਾ ਚੈੱਕ ਕਰਾਓ ਉਹ ਤਾਂ ਸਾਰਾ ਹਾਂਜੀ ਜੋਟੀਆਂ ਦੋਵੇਂ ਚੰਗੀਆਂ ਨੇ ਦੋਵੇਂ ਚੰਗੀਆਂ ਨੇ ਮਾਸ਼ਾਅੱਲਾ ਜੀ ਹਾਂਜੀ ਸ਼ਾਕੀਰ ਜੋਟੀਆਂ ਬਿਲਕੁਲ ਜਿਹੜਾ ਬੰਦਾ ਸਮਝੇਗਾ ਕਿਆਮਰੀ ਲੈਵੇਗਾ ਉਹ ਅੱਲਾ ਦੇ ਕਮਲ ਇੱਕ ਤੋਹਫਾ ਇੱਕ ਨਗੀਨਾ ਹੀ ਹੈ ਤੁਹਾਡੇ ਦੋਂਦੀ ਆ ਵੇਖੋ ਆ ਵੇ ਲੋ ਜੀ ਦੋਂਦੀ ਹੈ ਦੋਂਦੀ ਹੈ ਜੈਮਨ ਦੋਂਦੀ ਹੈ ਜੈਮਨ ਦੋਂਦੀ ਕੱਟੀ ਹਰਸ਼ ਹੈ ਕੈਮਰੀ ਦੇ ਨਜ਼ਰ ਤੁਹਾਡੇ ਸਾਹਮਣੇ ਅੱਲਾ ਦੇ ਹੁਕਮ ਨਾਲ ਜੈਮਨ ਦੋਂਦੀ ਕੱਟੀ ਹੈ ਇਹ ਅੱਲਾ ਦੇ ਹੁਕਮ ਨਾਲ ਬੱਚਾ ਛੱਡ ਦੇ ਤਾਂ ਠੀਕ ਹੈ ਨਾ ਛੱਡ ਤਾਂ ਠੀਕ ਹੈ ਬਹੁਤ ਪਿਆਰੀ ਨਸਲ ਮਾਸ਼ਾਅੱਲਾ ਆ ਵੇ ਲੋ ਕੋਈ ਟਾਈਮ ਟੂ ਨਹੀਂ ਮੈਂ ਅਰਜੈਂਟ ਆਇਆ ਇਹਦੇ ਕੋਲੇ ਕੋਈ ਅਚਾਨਕ ਆਇਆ ਕੋਈ ਇਹਨਾਂ ਮੈਂ ਦੱਸਿਆ ਨਹੀਂ ਸੀ ਇੱਥੇ ਆਣ ਕੇ ਦੱਸਿਆ ਮੈਂ ਕਿਹਾ ਯਾਰ ਡੰਗਰ ਹੈਗੇ ਨੇ ਕਹਿੰਦਾ ਹੈਗੇ ਨੇ ਕੋਈ ਟਾਈਮ ਨਹੀਂ ਲੱਗਾ ਛੱਡ ਛੋਟੀ ਨੂੰ 390000 ਵਿੱਚ ਪਿਆਰ ਮੁਹੱਬਤ ਇਹ ਲੈਣਾ ਦੇਣਾ ਬਰਾਦਾ ਹੁੰਦਾ ਇਨਸ਼ਾਅੱਲਾ ਤਾਂ ਮਗਰ ਕੀ ਹੈ ਦੇ ਮਗਰ ਕੱਟਾ ਮਗਰ ਇਹਦੇ ਕੱਟਾ ਬਕਾਇਆ ਤੁਸੀਂ ਵੇਖ ਲਓ ਇਹ ਜਿੰਨੀ ਵੀ ਛੋਟੀ ਹੈ ਜਾਂ ਇਹ ਵੱਡੀ ਹੈ ਇਹ ਤੁਹਾਡੇ ਸਾਹਮਣੇ ਆ ਮਾਸ਼ਾਅੱਲਾ ਹੈ ਨਗੀਨਾ ਅੱਲਾ ਦੇ ਹੁਕਮ ਨਾਲ ਬਿਲਕੁਲ ਹਰ ਸ਼ੈ ਕੈਮਰੇ ਦੀ ਨਜ਼ਰ ਇਨਸ਼ਾਅੱਲਾ ਅਸੀਂ ਕੀਤੀ ਹੈ ਲੈਣਾ ਦੇਣਾ ਬਰਾਦ ਦਾ ਹੁੰਦਾ ਇਨਸ਼ਾਅੱਲਾ ਉਮੀਦ ਕਰਾਂਗੇ ਇਹ ਵੀਡੀਓ ਤੁਹਾਡੇ ਪਸੰਦ ਆਏਗੀ ਇਨਸ਼ਾਅੱਲਾ ਲਾਈਕ ਤੇ ਸ਼ੇਅਰ ਕਰਨ ਲੱਗਿਆ ਨਾ ਭੁੱਲਿਆ ਕਰੋ ਤੇ ਜਿਹੜਾ ਮੇਰਾ ਵੀਰ ਨਵਾਂ ਚੈਨਲ ਤੇ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲੈਣਾ ਦੇਣਾ ਬਰਾਦ ਦਾ ਹੁੰਦਾ ਇਨਸ਼ਾਅੱਲਾ ਮਿਲਦੇ ਅੱਛੀ ਬਿਹਤਰੀ ਵੀਡੀਓ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਜ਼ਿੰਦਾਬਾਦ